ਇਮੀਗ੍ਰੇਸ਼ਨ ਦੇ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਦੋ ਸਰਕਾਰੀ ਭਾਸ਼ਾਵਾਂ ਫ੍ਰੈਂਚ ਤੇ ਅੰਗਰੇਜ਼ੀ ਤੋਂ ਇਲਾਵਾ ਸਾਊਥ ਏਸ਼ੀਅਨ ਭਾਸ਼ਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਅੰਗਰੇਜ਼ੀ ਤੇ ਫ੍ਰੈਂਚ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੇ 10 ਵਿੱਚੋਂ 9 ਕੈਨੇਡੀਅਨ ਘੱਟੋ-ਘੱਟ ਨਿਯਮਤ ਤੌਰ ਦੇ ਉੱਤੇ ਇਹ ਦੋ ਭਾਸ਼ਾਵਾਂ ਦੇ ਵਿੱਚੋਂ ਇੱਕ ਤਾਂ ਬੋਲਦੇ ਨੇ ਪਰ 2021 ਦੇ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਰਿਕਾਰਡ ਤੋੜਨ ਵਾਲੇ ਚਾਰ ਵਿੱਚੋਂ ਇੱਕ ਵਿਅਕਤੀ ਅਜਿਹੀ ਭਾਸ਼ਾ ਬੋਲਦੇ ਨੇ ਜੋ ਕੈਨੇਡਾ ਦੀਆਂ ਸਰਕਾਰੀ ਭਾਸ਼ਾ ਤੋਂ ਵੱਖਰੀ ਹੈ ਜਿਸ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਹੈ ਇਮੀਗ੍ਰੇਸ਼ਨ ਦੇ ਨਤੀਜੇ ਵਜੋਂ ਸਾਊਥ ਏਸ਼ੀਅਨ ਭਾਸ਼ਾਵਾਂ ਬਾਦਰੀਆਂ ਨੇ ਕੈਨੇਡਾ ਦੇ ਨਵੇਂ ਸਟੈਟਿਸਟਿਕਸ ਜਾਣਗਾਨਾ ਦੇ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਕੈਨੇਡੀਅਨਾਂ ਦੀ ਗਿਣਤੀ ਦੇ ਵਿੱਚ ਵਾਧਾ ਕਰ ਰਿਹਾ ਜੋ ਅੰਗਰੇਜ਼ੀ ਜਾਂ ਫ੍ਰੈਂਚ ਤੋਂ ਇਲਾਵਾ ਹੋਰ ਵੀ ਭਾਸ਼ਾਵਾਂ ਬੋਲਦੇ ਨੇ 2021 ਦੇ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਰਿਕਾਰਡ ਤੋੜਨ ਵਾਲੇ ਚਾਰ ਵਿੱਚੋਂ ਇੱਕ ਵਿਅਕਤੀ ਅਜਿਹੀ ਭਾਸ਼ਾ ਬੋਲਦੇ ਨੇ ਜੋ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਤੋਂ ਵੱਖਰੀ ਹੈ। ਮੈਂਡਰਿਨ ਤੇ ਪੰਜਾਬੀ ਸਭ ਤੋਂ ਆਮ ਗੈਰ ਸਰਕਾਰੀ ਭਾਸ਼ਾਵਾਂ ਨੇ ਜਿਨ੍ਹਾਂ ਵਿੱਚੋਂ 1 ਮਿਲੀਅਨ ਤੋਂ ਵੱਧ ਲੋਕ ਮੁੱਖ ਤੌਰ ਤੇ ਭਾਸ਼ਾ ਬੋਲਦੇ ਨੇ। ਸਟੈਟਕੈਨ ਨੇ 2016 ਦੇ ਵਿੱਚ ਪਿਛਲੀ ਮਰਦਮ ਸ਼ੁਮਾਰੀ ਤੋਂ ਬਾਅਦ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਭਾਸ਼ਾਵਾਂ ਜਿਵੇਂ ਕਿ ਗੁਜਰਾਤੀ, ਹਿੰਦੀ ਜਾਂ ਮਲਿਆਲਮ ਬੋਲਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਦੇ ਵਿੱਚ ਇੱਕ ਵੱਡੇ ਵਾਧੇ ਨੂੰ ਨੋਟ ਕੀਤਾ। ਇਹ ਵਾਧਾ ਇਮੀਗ੍ਰੇਸ਼ਨ ਦੁਆਰਾ ਵਧਾਇਆ ਗਿਆ ਸੀ। ਸਟੈਟਿਸਟਿਕਸ ਕੈਨੇਡਾ ਦੇ ਸੈਂਟਰ ਫੋਰ ਡੈਮੋਗ੍ਰਾਫੀ ਦੇ ਡਿਪਟੀ ਹੈੱਡ 에ਰਿਕ ਨੇ ਕਿਹਾ ਹੈ ਕਿ ਅੱਜ ਅਸੀਂ ਜੋ ਨਤੀਜੇ ਜਾਰੀ ਕੀਤੇ ਨੇ ਉਹ ਵੱਡੇ ਹਿੱਸੇ ਦੇ ਵਿੱਚ ਇਹ ਦਰਸਾਉਂਦੇ ਨੇ ਕਿ ਕੈਨੇਡਾ ਦੇ ਵਿੱਚ ਰੁਝਾਨ جاری ਹੈ ਇਸ ਲਈ ਅਸੀਂ ਉਦਾਹਰਨ ਦੇ ਲਈ ਉਹਨਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਵੇਖਦੇ ਹਾਂ ਜਿਨ੍ਹਾਂ ਦੀ ਭਾਸ਼ਾ ਫ੍ਰੈਂਚ ਤੇ ਅੰਗਰੇਜ਼ੀ ਨਾਲੋਂ ਵੱਖਰੀ ਹੈ ਤੇ ਇਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੈ ਉਦਾਹਰਨ ਵਜੋਂ ਕੈਨੇਡਾ ਦੇ ਵਿੱਚ 2021 ਦੇ ਵਿੱਚ ਚਾਰ ਵਿੱਚੋਂ ਇੱਕ ਦੀ ਮਾਂ ਬੋਲੀ ਹੈ ਜੋ ਫ੍ਰੈਂਚ ਜਾਂ ਅੰਗਰੇਜ਼ੀ ਨਾਲੋਂ ਵੱਖਰੀ ਹੈ ਇਸ ਲਈ ਇਹ ਇਸ ਰੁਝਾਨ ਦੇ ਨਿਰੰਤਰ ਹੈ 2016 ਤੇ 2021 ਦੇ ਵਿਚਕਾਰ ਮੁੱਖ ਤੌਰ ਤੇ ਘਰ ਦੇ ਵਿੱਚ ਗੈਰ ਸਰਕਾਰੀ ਪਾਸ਼ਾ ਬੋਲਣ ਵਾਲੇ ਕੈਨੇਡੀਅਨਾਂ ਦੀ ਗਿਣਤੀ 40 ਲੱਖ ਤੋਂ ਵੱਧ ਕੇ ਲਗਭਗ 4.6 ਮਿਲੀਅਨ ਹੋ ਗਈ ਹੈ ਦਖਣੀ ਏਸ਼ੀਆਈ ਪਸ਼ਾਵਾਂ ਤੋਂ ਇਲਾਵਾ ਘਰ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਹੋਰ ਪਸ਼ਾਵਾਂ ਜੋ ਵੱਧ ਰਹੀਆਂ ਨੇ ਵਿੱਚ ਤੁਰਕੀ, ਤਗਾਲੋਕ, ਅਰਬੀ, ਸਪੈਨਿਸ਼, ਫਾਰਸੀ ਪਸ਼ਾਵਾਂ ਤੇ ਪੂਰਬੀ ਅਫਰੀਕੀ ਪਾਸ਼ਾ ਯਾਨੀ ਕਿ ਟ੍ਰਿਗੇਨੀਆ ਸ਼ਾਮਿਲ ਨੇ ਸਟੈਟਕਨ ਨੇ ਕਿਹਾ ਹੈ ਕਿ ਇਸ ਦਾ ਲੰਮਾ ਇਮੀਗ੍ਰੇਸ਼ਨ ਡਾਟਾਬੇਸ ਦਿਖਾਉਂਦਾ ਹੈ ਕਿ ਮਈ 2016 ਤੋਂ ਦਸੰਬਰ 2020 ਤੱਕ ਕੈਨੇਡਾ ਦੇ ਵਿੱਚ ਆਏ ਸਥਾਈ ਨਿਵਾਸੀਆਂ ਵਿੱਚੋਂ 1/4 ਦਾ ਜਨਮ ਇੱਕ ਦੱਖਣੀ ਏਸ਼ੀਆਈ ਦੇਸ਼ ਦੇ ਵਿੱਚ ਹੋਇਆ ਸੀ ਤੇ 5 ਵਿੱਚੋਂ 1 ਦਾ ਜਨਮ ਭਾਰਤ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਉਸੇ ਸਮੇਂ ਦੌਰਾਨ ਕੈਨੇਡਾ ਵਿੱਚ ਪਹੁੰਚਣ ਵਾਲੇ 10 ਸਥਾਈ ਨਿਵਾਸੀਆਂ ਵਿੱਚੋਂ 1 ਦਾ ਜਨਮ ਚੀਨ ਜਾਂ ਫਿਲੀਪੀਨਸ ਦੇ ਵਿੱਚ ਹੋਇਆ ਸੀ ਜਿੱਥੇ ਕ੍ਰਮਵਾਰ ਮੈਂਡਰਿਨ ਤੇ ਟਗਾਲੋਗ ਬੋਲੀਆਂ ਜਾਂਦੀਆਂ ਨੇ। ਯੂਰਪੀਅਨ ਪਛਾਹਵਾ ਦੇ ਸੰਦਰਭ ਦੇ ਵਿੱਚ 2016 ਤੇ 2020 ਇਕੀ ਦੇ ਵਿਚਕਾਰ ਮੁੱਖ ਤੌਰ ਤੇ ਇਟਾਲੀਅਨ ਪਾਲਿਸ਼ ਤੇ ਗ੍ਰੀਕ ਬੋਲਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ ਇਹ ਕਮੀ ਮੁੱਖ ਤੌਰ ਤੇ ਇਨ੍ਹਾਂ ਭਾਸ਼ਾਵਾਂ ਦੇ ਬੋਲਣ ਵਾਲਿਆਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਇੱਕ ਮਹੱਤਵਪੂਰਨ ਅਨੁਪਾਤ 1980 ਤੋਂ ਪਹਿਲਾਂ ਕੈਨੇਡਾ ਵਿੱਚ ਆਵਾਸ ਕਰ ਗਿਆ ਸੀ ਸਟੈਟਕੈਨ ਨੇ ਕਿਹਾ ਨਾਲ ਹੀ ਇਟਲੀ ਪੋਲੈਂਡ ਜਾਂ ਗ੍ਰੀਸ ਦੇ ਮੁਕਾਬਲੇ ਬਹੁਤ ਘੱਟ ਪ੍ਰਵਾਸੀ ਸਨ ਜੋ ਹਾਲ ਹੀ ਦੇ ਵਿੱਚ ਕੈਨੇਡਾ ਆਏ ਸਨ ਆਪਣੀ ਮਾਤ ਪਾਸ਼ਾ ਦੇ باوجود ਕੈਨੇਡਾ ਵਿੱਚ ਜ਼ਿਆਦਾਤਰ ਲੋਕ ਦੋ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਸੇਵਾਵਾਂ ਤੱਕ ਪਹੁੰਚ ਕਰਦੇ ਨੇ ਅੰਗਰੇਜ਼ੀ ਦੇਜੀ ਤੇ ਫ੍ਰੈਂਚ ਅਜੇ ਵੀ ਕੈਨੇਡਾ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਤੋਂ ਆਮ ਭਾਸ਼ਾਵਾਂ ਨੇ ਤੇ 90 90% ਕੈਨੇਡੀਅਨ ਇਹਨਾਂ ਵਿੱਚੋਂ ਘੱਟੋ ਘੱਟ ਇੱਕ ਤਾਂ ਬੋਲਦੇ ਹੀ ਨੇ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ